ਯੂਟਿਊਬਰ ਐਲਵਿਸ਼ ਯਾਦਵ ਜਿਸ ਦੀਆਂ ਮੁਸ਼ਕਲਾਂ ਕਾਫੀ ਵੱਧਦੀਆਂ ਜਾ ਰਹੀਆਂ ਨੇ। ਪਹਿਲਾਂ ਤਾਂ ਕਮਾਈ ਜਿਹੜੀ ਹੈ ਯੂਟਿਊਬ ਤੋਂ ਨਜ਼ਰ ਆਉਂਦੀ ਸੀ, ਹੁਣ ਨਜ਼ਰ ਆ ਰਿਹਾ ਕਿ ਰੇਵ ਪਾਰਟੀਜ਼ ਕਰਵਾ ਕੇ ਇਸ ਦੇ ਵੱਲੋਂ ਜਿਹੜਾ ਸੱਪ ਦਾ ਜ਼ਹਿਰ ਵੇਚਿਆ ਜਾਂਦਾ ਸੀ, ਸਪਲਾਈ ਕੀਤਾ ਜਾਂਦਾ ਸੀ। ਇਸ ਦੇ ਤਹਿਤ ਹੀ ਇਸ ਦੇ ਉੱਤੇ ਮਾਮਲਾ ਵੀ ਦਰਜ ਹੋਇਆ, ਜਿਸ ਨੂੰ ਕਿ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਹੀ ਇਸ ਦੇ 2 ਹੋਰ ਸਾਥੀਆਂ ਨੂੰ ਵੀ ਗ੍ਰਿਫਤਾਰ ਕਰ ਲਿੱਤਾ ਗਿਆ, ਜੋ ਇਸ ਦੇ ਨਾਲ ਵੀਡੀਓਜ਼ ਦੇ ਵਿੱਚ ਵੀ ਨਜ਼ਰ ਆਉਂਦੇ ਸੀ। ਵਿਨੇ ਯਾਦਵ ਦੱਸਿਆ ਜਾ ਰਿਹਾ ਜੋ ਇਸ ਦਾ ਦੋਸਤ ਹੈ, ਔਰ ਨੋਇਡਾ ਪੁਲਿਸ ਦੇ ਵੱਲੋਂ ਗ੍ਰਿਫਤਾਰੀ ਕੀਤੀ ਗਈ ਹੈ 2 ਹੋਰ ਸਾਥੀਆਂ ਦੀ, ਜਿੱਥੇ ਕਿ ਗੱਲਬਾਤ ਕੀਤੀ ਜਾਵੇ। ਜਿਹੜੀ ਇੰਟਰਵਿਊਜ਼ ਹੋ ਰਹੀਆਂ ਨੇ, ਮੀਡੀਆ ਦੇ ਨਾਲ ਗੱਲਬਾਤ ਹੋ ਰਹੀ ਹੈ, ਇਸ ਦੇ ਮਾਤਾ ਪਿਤਾ ਜਦੋਂ ਸਾਹਮਣੇ ਆਉਂਦੇ ਨੇ ਸੋਸ਼ਲ ਮੀਡੀਆ 'ਤੇ, ਉਹ ਵੀਡੀਓਜ਼ ਜਦੋਂ ਕਿ ਵਾਇਰਲ ਹੋ ਰਹੀਆਂ ਨੇ, ਜਿਸ ਦੇ ਵਿੱਚ ਸਾਫ਼ ਤੌਰ 'ਤੇ ਇਹ ਸੁਣਨ ਨੂੰ ਮਿਲਿਆ ਕਿ ਇਸ ਦੇ ਪਿਤਾ ਨੂੰ ਜਦੋਂ ਸਵਾਲ ਕੀਤੇ ਗਏ ਕਿ ਜਿਹੜੀਆਂ ਐਲਵਿਸ਼ ਦੇ ਕੋਲ ਲਗਜ਼ਰੀ ਗੱਡੀਆਂ ਨੇ, ਜੋ ਕਿ ਆਏ ਦਿਨ ਨਵੀਂ ਗੱਡੀ, ਆਏ ਦਿਨ ਨਵਾਂ ਘਰ, ਹਰ ਕੁਝ ਨਵਾਂ ਦੇਖਣ ਨੂੰ ਮਿਲਦਾ ਸੀ, ਉਹ ਕਿੱਥੋਂ ਆਉਂਦਾ ਸੀ, ਕਿ ਸਿਰਫ ਯੂਟਿਊਬ ਦੀ ਇਨਕਮ ਸੀਗੀ ਜਾਂ ਫਿਰ ਸੋਸ਼ਲ ਮੀਡੀਆ ਪਲੈਟਫਾਰਮ, ਜਾਂ ਫਿਰ ਹੈ ਜੋ ਕੰਮ ਕਰਦਾ ਸੀ, ਸ਼ੂਟਿੰਗ ਵਗੈਰਾ, ਬਿਗ ਬੋਸ OTT ਫੇਮ ਹੈ ਜਿਸ ਦੇ ਕਰਕੇ ਇਸ ਦੇ ਕੋਲ ਹੈ ਪੈਸਾ ਆਇਆ। ਤਾਂ ਜਦੋਂ ਸਵਾਲ ਕੀਤੇ ਗਏ ਤਾਂ ਇਸਦੇ ਪਿਤਾ ਨੇ ਸਾਫ਼ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਜਿਹੜੀਆਂ ਗੱਡੀਆਂ ਨੇ ਉਹ ਲੋਨ 'ਤੇ ਲਿੱਤੀਆਂ ਗਈਆਂ ਨੇ, ਜੋ ਘਰ ਹੈ ਉਹ ਲੋਨ 'ਤੇ ਚੱਲ ਰਿਹਾ, ਜਿਹੜੀਆਂ ਵੀ ਲਗਜ਼ਰੀ ਗੱਡੀਆਂ ਨੇ ਉਹਨਾਂ ਨੂੰ ਇਹ ਹਾਇਰ ਕਰਦਾ ਹੈ 2-3 ਮਹੀਨੇ ਬਾਅਦ, ਇਸ ਗੱਡੀ ਨੂੰ ਹਾਇਰਿੰਗ ਕਰਕੇ ਉਸ ਤੋਂ ਬਾਅਦ ਵੀਡੀਓ ਬਣਾਉਣ ਵਾਸਤੇ ਇਸਦੇ ਵੱਲੋਂ ਸ਼ੌਂਕੀਆ ਤੌਰ 'ਤੇ ਜਿਹੜੀਆਂ ਗੱਡੀਆਂ ਨੇ ਉਹਨਾਂ ਨੂੰ ਹਾਇਰ ਕੀਤਾ ਜਾਂਦਾ ਹੈ।